ਸ਼੍ਰੀ ਗੁਰਾਲ ਜੀ ਤੁਸੀਂ ਪ੍ਰਾਈਮ ਸ਼੍ਰੀ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ-ਬਿਆਨੀ ਲੰਘੇ ਕੱਲ ਪੰਜਾਬ ਦੇ ਵਿੱਚ ਬਹੁਤੀ ਗਰਮੀ ਨਹੀਂ ਸੀ ਕੁਝ ਕਿ ਥਾਵਾਂ ਦੇ ਉੱਤੇ ਛਿੱਟੇ ਪੈਣ ਦੀਆਂ ਖਬਰਾਂ ਵੀ ਪ੍ਰਾਪਤ ਹੋਈਆਂ ਪਰ ਪੰਜਾਬ ਦੇ ਇੱਕ ਦੋ ਹਿੱਸਿਆਂ ਦੇ ਵਿੱਚ ਗੜੇਮਾਰੀ ਵੀ ਹੋਈ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅੱਜ ਪੰਜਾਬ ਦੇ ਵਿੱਚ ਬੱਦਲਵਾਈ ਕੁਝ ਕਿ ਥਾਵਾਂ ਦੇ ਉੱਤੇ ਰਹਿਣੀ ਹੈ ਤੇ ਭਲਕ ਤੋਂ ਪੰਜਾਬ ਦੇ ਵਿੱਚ ਫਿਰ ਤਿੱਖੀ ਧੁੱਪ ਨਿਕਲਣੀ ਹੈ ਤੇ ਪਾਰਾ ਜਿਹੜਾ ਉਹ ਅਗਲੇ ਹਫਤੇ ਤੱਕ ਹੋਣ ਦੀ ਪੂਰੀ ਪੂਰੀ ਆਸ ਪ੍ਰਗਟਾਈ ਗਈ ਹੈ ਤੇ ਜਿਹੜੀ ਪਹਿਲੀ ਵੱਡੀ ਖਬਰ ਹੈ ਜੇਕਰ ਉਹਦੀ ਅਸੀਂ ਗੰਭੀਰਤਾ ਨੂੰ ਸਮਝਦੇ ਆ ਤਾਂ ਬਹੁਤ ਵੱਡੇ ਨਵੇਂ ਸਵਾਲ ਸਾਹਮਣੇ ਆਉਂਦੇ ਆ ਕਿਉਂਕਿ ਇਸ ਵਕਤ ਕੇਂਦਰ ਦੀ ਸਰਕਾਰ ਆ ਜਿਹੜੀ ਉਹ ਕਿਸਾਨਾਂ ਪ੍ਰਤੀ ਬਿਲਕੁਲ ਫਿਕਰਮੰਦ ਨਹੀਂ ਪਰ ਜਿਸ ਤਰੀਕੇ ਦੇ ਨਾਲ ਬੀਜੇਪੀ ਤੇ ਜਨ ਆ ਇੱਕ ਜਨਤਾ ਪਾਰਟੀ ਦੇ ਕਈ ਵਿਧਾਇਕ ਕਈ ਮੰਤਰੀ ਕਿਸਾਨਾਂ ਨੂੰ ਅੱਖਾਂ ਦਿਖਾ ਰਹੇ ਆ ਤੇ ਉਸ ਤੋਂ ਬਾਅਦ ਕਲਪੇ ਹੋਏ ਕਿਸਾਨ ਇੱਕ ਨਵਾਂ ਪ੍ਰੋਗਰਾਮ ਉਲੀਕਦੇ ਆ ਉਹ ਇਹ ਪ੍ਰੋਗਰਾਮ ਆ ਕਿ ਹੁਣ ਤਾਂ ਅਸੀਂ ਕਰੋ ਜਾਂ ਮਰੋ ਦੇ ਆਧਾਰ ਦੇ ਉੱਤੇ ਲੜਾਈ ਲੜਾਂਗੇ ਲੜਵੀ ਰਹੇ ਹਾਂ ਪਰ ਜੇਕਰ ਸਾਨੂੰ ਮੂਹਰੇ ਖੜ ਕੇ ਜਨ ਨਾਇਕ ਜਨਤਾ ਪਾਰਟੀ ਦੇ ਵਿਧਾਇਕ ਧੀਆਂ ਭੈਣਾਂ ਦੀਆਂ ਗਾਲਾਂ ਕੱਢਣਗੇ ਤਾਂ ਫਿਰ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਾਂਗੇ ਨਾਲੇ ਤਾਂ ਅਸੀਂ ਪੂਰੇ ਦੇਸ਼ ਦਾ ਢਿੱਡ ਭਰ ਗਏ ਨਾਲੇ ਇਹਨਾਂ ਲੋਕਾਂ ਨੂੰ ਵੋਟਾਂ ਪਾ ਪਾ ਕੇ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਭੇਜ ਗਏ ਤੇ ਨਾਲੇ ਇਹਨਾਂ ਦੇ ਕੋਲੋਂ ਅਸੀਂ ਭੈਣਾਂ ਦੀਆਂ ਗਾਲਾਂ ਸੁਣੀਆਂ ਸਾਡਾ ਦਿਮਾਗ ਥੋੜੀ ਖਰਾਬ ਆ ਕੱਲ੍ਹ ਕਿਸਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਗੱਲ ਕਹੀ ਹੈ ਵੀ ਬੀਜੇਪੀ ਦੇ ਤੇ ਜਨਨ ਇੱਕ ਜਨਤਾ ਪਾਰਟੀ ਦੇ ਹਰਿਆਣੇ ਦੇ ਜਿਹੜੇ ਵਿਧਾਇਕ ਸਾਨੂੰ ਅਪਸ਼ਬਦ ਵਰਤਦੇ ਆ ਕਿਉਂਕਿ ਕੱਲ ਇੱਕ ਦਵਿੰਦਰ ਬਬਲੀ ਦੇ ਵੱਲੋਂ ਅਪਸ਼ਬਦ ਵਰਤੇ ਵੀ ਗਏ ਆ ਟੋਹਾਣਾ ਖੇਤਰ ਦੇ ਵਿੱਚ ਵਿਧਾਇਕ ਦਵਿੰਦਰ ਬਬਲੀ ਆਇਆ ਸੀ ਕਿਸਾਨਾਂ ਦੇ ਵੱਲੋਂ ਬਹੁਤ ਵੱਡੇ ਪੱਦਰ ਨੇ ਉੱਤੇ ਘੇਰਾ ਪਾ ਲਿਆ ਗਿਆ ਉਹ ਗੱਡੀ ਦੇ ਵਿੱਚੋਂ ਉਤਰਦਾ ਬਾਹਾਂ ਚੜਾ ਕੇ ਤੇ ਧੀਆਂ ਭੈਣਾਂ ਦੀਆਂ ਗਾਲਾਂ ਮਾਵਾਂ ਦੀਆਂ ਗਾਲਾਂ ਸਾਨੂੰ ਕੱਢਣ ਲੱਗ ਪੈਂਦਾ ਉਹਦੀਆਂ ਗਾਲਾਂ ਜਿਹੜੀਆਂ ਉਹ ਵਕ ਵਕ ਟੀਵੀ ਚਲਨਾਂ ਦੇ ਉੱਤੇ ਬੀਪ ਲਾ ਕੇ ਪ੍ਰਸਾਰਤ ਹੋਈਆਂ ਕਿਉਂਕਿ ਉਹ ਗੱਲਾਂ ਜਿਹੜੀਆਂ ਉਹ ਦੱਸੀਆਂ ਨਹੀਂ ਜਾ ਸਕਦੀਆਂ ਸੀ ਜੋ ਕਿ ਉਸ ਵਕਤ ਉਹ ਕਰ ਰਿਹਾ ਸੀ ਕਿਸਾਨਾਂ ਦੇ ਬਾਰੇ ਆਪਣੇ ਮੂੰਹ ਦੇ ਵਿੱਚੋਂ ਜਿਸ ਕਦਰ ਉਹ ਅੱਗ ਕੱਢ ਰਿਹਾ ਸੀ ਬਾਵਾ ਚੜਾ ਚੜਾ ਕੇ ਉਹ ਕਿਸਾਨਾਂ ਨੂੰ ਇਹ ਗੱਲ ਕਹਿੰਦਾ ਵੀ ਆਜੋ ਤੇ ਬਾਅਦ ਦੇ ਵਿੱਚ ਗਾਲਾਂ ਇਹੋ ਜੀਆਂ ਕੱਢਦਾ ਜਿਹਦੇ ਕਰਕੇ ਸਾਰੇ ਲੋਕ ਸ਼ਰਮਸਾਰ ਹੋਏ ਆ ਵੀ ਇਹਨਾਂ ਲੋਕਾਂ ਨੂੰ ਅਸੀਂ ਵੋਟਾਂ ਪਾ ਕੇ ਵਿਧਾਨ ਸਭਾ ਤੱਕ ਭੇਜਦੇ ਰਹੇ ਹਾਂ ਜਾਨਣਾ ਇੱਕ ਜਨਤਾ ਪਾਰਟੀ ਉਹ ਪਾਰਟੀ ਆ ਜਿਹਦੇ ਦੁਸ਼ੰਤ ਟਟਾਲਾ ਖੋਰੀ ਆਗੂ ਆ ਜਿਹੜੇ ਇੱਕ ਡਿਪਟੀ ਸੀਐਮ ਆ ਇਸ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਸਿਰਫ ਤੇ ਸਿਰਫ ਖੱਟੜ ਸਰਕਾਰ ਦੇ ਹੱਕ ਦੇ ਵਿੱਚ ਇਸ ਕਰਕੇ ਭੁਗਤਿਆ ਗਿਆ ਕਿ ਕਿਛੜਾ ਚਿੱਤ ਨਹੀਂ ਸੀ ਕਰਦਾ ਕਿ ਅਸੀਂ ਵਿਧਾਨ ਸਭਾ ਦੀ ਕੁਰਸੀ ਛੱਡ ਗਏ ਅਸੀਂ ਆਪ ਦੀ ਵਿਧਾਇਕੀ ਛੱਡ ਗਏ ਹਰਿਆਣਾ ਦੇ ਕਿਸਾਨਾਂ ਦੇ ਵੱਲੋਂ ਅਲਟੀਮੇਟਮ ਦਿੱਤਾ ਗਿਆ ਸੀਗਾ ਵੀ ਐਨੀ ਤਰੀਕ ਤੱਕ ਤੁਸੀਂ ਆਪ ਦਾ ਨਾਤਾ ਬੀਜੇਪੀ ਦੇ ਨਾਲ ਤੋੜ ਲਓ ਖੱਟੜ ਦੀ ਸਰਕਾਰ ਨਾਲ ਤੋੜ ਲਓ ਪਰ ਉਹ ਬਿਲਕੁਲ ਨਹੀਂ ਮੰਨੇ ਫਿਰ ਜਦੋਂ ਵਿਧਾਨ ਸਭਾ ਦੇ ਵਿੱਚ ਭਰੋਸੇ ਦੀ ਵੋਟ ਦਾ ਸਵਾਲ ਪੈਦਾ ਹੋਇਆ ਤਾਂ ਸਾਰੇ ਦੇ ਸਾਰੇ ਜਿਹੜੇ ਆ ਉਹ ਜਨਨਕ ਜਨਤਾ ਪਾਰਟੀ ਦੇ ਵਿਧਾਇਕ ਖੱਟੜ ਦੀ ਸਰਕਾਰ ਦੇ ਹੱਕ ਦੇ ਵਿੱਚ ਭੁਗਤ ਗਏ ਤੇ ਉਦੋਂ ਫਿਰ ਕਿਸਾਨਾਂ ਨੇ ਇਹ ਗੱਲ ਕਹਿਤੀ ਸੀ ਵੀ ਇਹਨਾਂ ਲੋਕਾਂ ਦੇ ਨਾਲ ਇਹਨਾਂ ਵਿਧਾਇਕਾਂ ਦੇ ਨਾਲ ਕੋਈ ਰੋਟੀ ਬੇਟੀ ਨਹੀਂ ਸਾਝ ਵੀ ਨਹੀਂ ਰੱਖੂਗਾ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਹਰਿਆਣੇ ਦੇ ਵਿੱਚ ਵੱਡੇ-ਵੱਡੇ ਬੋਰਡ ਲੱਗੇ ਹੋਏ ਆ ਜਿਨ੍ਹਾਂ ਦੇ ਉੱਤੇ ਮੋٹے ਅੱਖਰਾਂ ਦੇ ਵਿੱਚ ਲਿਖਿਆ ਹੋਇਆ ਕਿ ਜੇਕਰ ਬੀਜੇਪੀ ਦਾ ਜਨ ਆਇਕ ਜਨਤਾ ਪਾਰਟੀ ਦਾ ਕੋਈ ਵੀ ਵਿਧਾਇਕ ਕੋਈ ਵੀ ਮੈਂਬਰ ਪਾਰਲੀਮੈਂਟ ਕੋਈ ਵੀ ਪ੍ਰਧਾਨ ਕੋਈ ਵੀ ਹੋਰ ਵੱਡਾ ਛੋਟਾ ਅਹੁਦੇਦਾਰ ਪਿੰਡਾਂ ਦੇ ਵਿੱਚ ਵੜਿਆ ਤਾਂ ਫਿਰ ਉਹਦੀ ਭੁਗਤ ਸਵਾਰੀ ਜਾਊਗੀ ਉਹ ਆਪ ਦਾ ਪੜਿਆ ਵਿਚਾਰ ਲਵੇ ਆਪੇ ਹੀ ਆਪਦੇ ਨੁਕਸਾਨ ਦਾ ਉਹ ਖੁਦ ਜ਼ਿੰਮੇਵਾਰ ਹੋਊਗਾ ਹੁਣ ਜਦੋਂ ਹਰ ਰੋਜ਼ ਖਬਰਾਂ ਆਉਂਦੀਆਂ ਕਿ ਫਲਾਣੀ ਥਾਂ ਦੇ ਉੱਤੇ ਭਾਜਪੀ ਦੇ ਫਲਾਣੇ ਵਿਧਾਇਕ ਨੂੰ ਘੇਰਾ ਪੈ ਗਿਆ ਫਲਾਣੀ ਥਾਂ ਦੇ ਉੱਤੇ ਕਿਸਾਨਾਂ ਨੇ ਆਹ ਪ੍ਰੋਗਰਾਮ ਉਲੀਕਿਆ ਫਲਾਣੀ ਥਾਂ ਦੇ ਉੱਤੇ ਘਰ ਦੇ ਵਿੱਚ ਹੀ ਬੈਠੇ ਆ ਜਿਹੜੇ ਵਿਧਾਇਕ ਜਾਂ ਮੰਤਰੀ ਉਹਨਾਂ ਦੇ ਵੱਲੋਂ ਆਹ ਗੱਲ ਕਹੀ ਗਈ ਹੈ ਤਾਂ ਉਸ ਵਕਤ ਦਵਿੰਦਰ ਬਬਲੀ ਦੇ ਵੱਲੋਂ ਬਾਹਰ ਆਇਆ ਗਿਆ ਦਵਿੰਦਰ ਬਬਲੀ ਕਿਸਾਨਾਂ ਦੇ ਨਾਲ ਖੜਨ ਦੀ ਥਾਂ ਦੇ ਉੱਤੇ ਜੇਕਰ ਧੀਆਂ ਭੈਣਾਂ ਦੀਆਂ ਗਾਲਾਂ ਕੱਢਦਾ ਤਾਂ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਬਰਦਾਸ਼ਤ ਨਹੀਂ ਕਰਾਂਗੇ ਲੰਗੀ ਰਾਤ ਗੁਰਨਾਮ ਸਿੰਘ ਚੜੂਨੀ ਕਿਸਾਨ ਆਗੂ ਦਾ ਵੀ ਬਿਆਨ ਆਇਆ ਉਹ ਕਹਿੰਦੇ ਵੀ ਜਿਵੇਂ ਕਿਸਾਨਾਂ ਦੇ ਬਾਰੇ ਇਹ ਮਾੜਾ ਚੰਗਾ ਬੋਲਿਆ ਇਹਨੂੰ ਸਬਕ ਸਿਖਾਉਣ ਦਾ ਵੇਲਾ ਆ ਗਿਆ ਵੱਡੀ ਗਿਣਤੀ ਦੇ ਵਿੱਚ ਟੋਹਾਣਾ ਦੇ ਵਿੱਚ ਪਹੁੰਚੋ ਸਾਰੇ ਕਿਸਾਨ ਜਿਹੜੇ ਕਿ 1.5 ਲੱਖ hecta ਦੇ ਆ ਕਿਉਂਕਿ ਅੱਜ ਵੀ ਉਹਨੇ ਟੋਹਾਣਾ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਆਉਣਾ ਤੇ ਉਹਨੂੰ ਸਬਕ ਸਿਖਾਇਆ ਗਿਆ ਵੀ ਕਿਸਾਨਾਂ ਦੇ ਬਾਰੇ ਕਿਵੇਂ ਅਪਸ਼ਬਦ ਵਰਤੇ ਜਾਂਦੇ ਆ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਦਵਿੰਦਰ ਬਬਲੀ ਦੇ ਵੱਲੋਂ ਪਹਿਲਾਂ ਤਾਂ ਮਾਫੀ ਮੰਗੀ ਜਾਵੇ ਇਰੇ ਉੱਤੇ ਪਰਚਾ ਦਰਜ ਕੀਤਾ ਜਾਵੇ ਤੇ ਅਗਲੀ ਗੱਲ ਅਸੀਂ ਫੇਰ ਕਰਾਂਗੇ ਪਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਾਵੇਂ ਹੋਵੇ ਮਨੋਹਰ ਲਾਲ ਖੱਟੜ ਤੇ ਭਾਵੇਂ ਹੋਵੇ ਕੇਂਦਰ ਦਾ ਕੋਈ ਮੰਤਰੀ ਭਾਵੇਂ ਹੋਵੇ ਦੁਸ਼ੰਤ ਟਟਾਲਾ ਤੇ ਭਾਵੇਂ ਹੋਵੇ ਦਵਿੰਦਰ ਬਬਲੀ ਕਿਸਾਨਾਂ ਦੇ ਨਾਲ ਬਦਸਲੂਕੀ ਕਰਨ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਗਲਤੀ ਕੀ ਆ ਪਹਿਲਾ ਸਵਾਲ ਤਾਂ ਇਹ ਪੈਦਾ ਹੁੰਦਾ ਗਲਤੀ ਸਿਰਫ ਇਹ ਆ ਕਿ ਸਾਡਾ ਨਹੀਂ ਕਿ ਉਹਨਾਂ ਨੇ ਅੱਛੇ ਦਿਨਾਂ ਦੇ ਚਾਂਸੇ ਦੇ ਵਿੱਚ ਆ ਕੇ ਵੋਟਾਂ ਪਾ ਦਿੱਤੀਆਂ ਉਹਨਾਂ ਦੇ ਨਾਲ ਇਹ ਵਾਅਦਾ ਨਹੀਂ ਸੀ ਕੀਤਾ ਕਿ ਮੈਨੀਫੈਸਟੋ ਦੇ ਵਿੱਚ ਅਸੀਂ ਇਹ ਗੱਲ ਲਿਖੀ ਆ ਵੀ ਤਿੰਨ ਖੇਤੀ ਕਾਨੂੰਨ ਲੈ ਕੇ ਆਵਾਂਗੇ ਉਹਨਾਂ ਦੇ ਨਾਲ ਵਾਅਦਾ ਇਹ ਹੋਇਆ ਸੀ ਕਿ ਸੁਆਮੀ ਨਾਥਨ ਫਾਰਮੂਲਾ ਲਾਗੂ ਕਰਾਂਗੇ ਜਿਹੜਾ ਲਾਗੂ ਕਰਨਾ ਸੀ ਉਹ ਕੀਤਾ ਨਹੀਂ ਜਿਹੜਾ ਵਾਅਦਾ ਨਹੀਂ ਸੀ ਕੀਤਾ ਉਹ ਅਸੀਂ ਪੂਰਾ ਕਰ ਰਹੇ ਹਾਂ ਕਹਿੰਦੇ ਦਾ ਭਾਵ ਕਿ ਧੱਕੇ ਦੇ ਨਾਲ ਉਹ ਗੱਲ ਲਾਗੂ ਕੀਤੀ ਜਾ ਰਹੀ ਹੈ ਕਿਸਾਨ 6 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਬਾਰਡਰਾਂ ਦੇ ਉੱਤੇ ਬੈਠੇ ਹੋਏ ਆ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਪੈਟਰੋਲ ਪੰਪਾਂ ਦੇ ਉੱਤੇ ਟੋਲ ਪਲਾਜ਼ਾਂ ਦੇ ਉੱਤੇ ਲਗਾਤਾਰ ਕਿਸਾਨ ਡਟ ਕੇ ਬੈਠੇ ਹੋਏ ਆ ਉਹਨਾਂ ਦੀਆਂ ਗੱਲਾਂ ਮੰਨਣ ਦੀ ਥਾਂ ਦੇ ਉੱਤੇ ਕਦੇ ਉਹਨਾਂ ਨੂੰ ਕੋਰੋਨਾ ਦੇ ਨਾਂ ਦੇ ਉੱਤੇ ਬਦਨਾਮ ਕਰਨ ਦੀ ਕੋਸ਼ਿਸ਼ ਕਦੇ ਉਹਨਾਂ ਨੂੰ ਫੰਡੀਆਂ ਦੇ ਨਾਂ ਤੇ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਇਹ ਗੱਲ ਕਹਿਦਾ ਹੋਵੇ ਕਿ ਅੰਦੋਲਨ ਜੀਵੀਆਂ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ ਉਹਨਾਂ ਨੂੰ ਅੱਜ ਕੱਲ ਇਹ ਅੰਦੋਲਨ ਜੀਵੀ ਜਾਪਦੇ ਆ ਤੇ ਉਹਨਾਂ ਨੇ ਮਸਲੇ ਦਾ ਹੱਲ ਕਿਵੇਂ ਕੀਤਾ ਜਿਹੜੇ ਕਿ ਇਹੋ ਜੀ ਧਾਰਨਾ ਰੱਖਦੇ ਆ ਇਨ੍ਹਾਂ ਕਿਰਤਗਾਂ ਦੇ ਬਾਰੇ ਇਨ੍ਹਾਂ ਅਨਪੈਦਾ ਕਰਨ ਵਾਲੇ ਲੋਕਾਂ ਦੇ ਬਾਰੇ ਇਨ੍ਹਾਂ ਅਨਦਾਤਿਆ ਦੇ ਬਾਰੇ ਹੁਣ ਦਵਿੰਦਰ ਬਬਲੀ ਤਾਂ ਇੱਕ ਛੋਟਾ ਜਿਹਾ ਮੋੜਾ ਬਾਕੀ ਤਾਂ ਗੱਲ ਇਹ ਹੈ ਜੀ ਕਿ ਇਹਨਾਂ ਦੀ ਪਾਰਟੀ ਦੇ ਆਗੂਆਂ ਦੀ ਸੋਚ ਦਾ ਪਤਾ ਇੱਥੋਂ ਲੱਗਦਾ ਤੇ ਬਾਕੀ ਜਿਹੜੀ ਇਹਨਾਂ ਦੀ ਸਰਕਾਰ ਹੈ ਇੱਥੋਂ ਪਤਾ ਲੱਗਦਾ ਕਿ ਉਹ ਕੀ ਸੋਚ ਰੱਖਦੀ ਹੈ ਕਿਸਾਨੀ ਦੇ ਬਾਰੇ ਜੇਕਰ ਬਨੋਫਰ ਲਾਲ ਖੱਟੜ ਨੇ ਕਦੇ ਆਪ ਕਿਸਾਨੀ ਦੇ ਹੱਕ ਦੇ ਵਿੱਚ ਸਹੀ ਗੱਲ ਕੀਤੀ ਹੋਵੇ ਤਾਂ ਦਵਿੰਦਰ ਪਬਲੀ ਵਰਗੇ ਨਿੱਕੀ ਮਜਾਲਾ ਜਿਹੜੇ ਕਿ ਨਾਲ ਦੀ ਪਾਰਟੀ ਹੋਣ ਕਰਕੇ ਤੇ ਕਿਸਾਨਾਂ ਨੂੰ ਧੀਆ ਭੈਣਾਂ ਦੀਆਂ ਗੱਲਾਂ ਕੱਢਣ ਇੱਕ ਪਾਸੇ ਤੁਸੀਂ ਇਹ ਗੱਲ ਕਹਿੰਦੇ ਆ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਆ ਦੂਜੇ ਪਾਸੇ ਇਹ ਗੱਲ ਕਹਿੰਦੇ ਆ ਕਿ ਕਿਸਾਨ ਮੰਗਾ ਮੰਨ ਲੈਣ ਤੀਜੇ ਪਾਸੇ ਇਹ ਗੱਲ ਕਹਿੰਦੇ ਆ ਜੀ ਕਿ ਕਿਸਾਨ ਅੱਗੇ ਆਉਣ ਅਸੀਂ ਕਿਉਂ ਨਾ ਗੱਲਬਾਤ ਕਰਾਂਗੇ ਤੇ ਚੌਥੇ ਪਾਸੇ ਜਦੋਂ ਕਿਸਾਨ ਕਿਰਾਓ ਕਰਦੇ ਤੁਸੀਂ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੇ ਹੋ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜਿਹੇ ਵਿਧਾਇਕਾਂ ਨੂੰ ਜਿਹੜੇ ਵਿਧਾਇਕਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਇਹਨਾਂ ਲੋਕਾਂ ਨੇ ਸਾਨੂੰ ਵਰਤਮਾਨ ਗੱਦੀਆਂ ਤੱਕ ਪਹੁੰਚਾਇਆ ਇਹਨਾਂ ਕਸਰਾਂ ਦੇ ਕਰਕੇ ਹੀ ਉਹ ਤੁਰੇ ਫਿਰਦੇ ਜੇਕਰ ਢਿੱਡ ਦੇ ਵਿੱਚ ਅੰਨ ਨਾ ਹੋਊਗਾ ਤਾਂ ਇਹ ਤਾਂ ਢਿੱਡ ਦੇ ਉੱਤੇ ਪਈ ਲੋਥ ਵਰਗੇ ਬਣ ਜਾਣੇ ਆ ਸੋ ਸੋਚਣਾ ਵਿਚਾਰਨਾ ਬਣਦਾ ਕਿ ਇਹਨਾਂ ਲੋਕਾਂ ਨੂੰ ਸਮਝ ਕਦੋਂ ਆਊਗੀ ਸੋ ਕਿਸਾਨਾਂ ਨੇ ਆਪਣਾ ਤਨਦੇਹੀ ਦੇ ਨਾਲ ਹੁਣ ਤੱਕ ਸਾਰਾ ਫਰਜ਼ ਪੂਰਾ ਕੀਤਾ ਪਰ ਇਸ ਦੇ ਬਾਵਜੂਦ ਜਦੋਂ ਚੜਾਉਣ ਦੀ ਗੱਲ ਆਉਂਦੀ ਹੈ ਤੇ ਕਿਸਾਨਾਂ ਨੂੰ ਬਹੁਤ ਕੁਝ ਕਿਹਾ ਜਾਂਦਾ ਹੁਣ ਤੱਕ ਬਹੁਤ ਵਾਰੀ ਕਿਹਾ ਗਿਆ ਤੇ ਸ਼ਾਇਦ ਅੱਗੇ ਵੀ ਕਹਿਣਗੇ ਕਿਉਂਕਿ ਇਹਨਾਂ ਲੋਕਾਂ ਨੇ ਕਦੇ ਬੀਤੇ ਤੋਂ ਸਬਕ ਸਿੱਖਿਆ ਨਹੀਂ ਸੋ ਹਰਿਆਣੇ ਦੇ ਵਿੱਚ ਦਵਿੰਦਰ ਬਬਲੀ ਦਾ ਵਿਰੋਧ ਜ਼ਬਰਦਸਤ ਤਰੀਕੇ ਨਾਲ ਹੋਰ ਵੀ ਹੋਣਾ ਮਨੋਹਰ ਲਾਲ ਖੱਟੜ ਦਾ ਹੈਲੀਕਾਪਟਰ ਕਿਸਾਨ ਕਹਿੰਦੇ ਹੁਣ ਅਸੀਂ ਉਤਰ ਨਹੀਂ ਡੇਣਾ ਦੁਸ਼ਾਂਤ ਟਟਾਲਾ ਨੂੰ ਉਹ ਕਹਿੰਦੇ ਜੀ ਅਸੀਂ ਪੰਜੀ ਦਾ ਪੌਣ ਦਿਖਾ ਕੇ ਰਾਵਾਂਗੇ ਕਹਿਣ ਦਾ ਭਾਵ ਇਹ ਹੈ ਕਿ ਕਿਸਾਨਾਂ ਨੂੰ ਤਪਿਆ ਹੋਇਆਂ ਨੂੰ ਹੋਰ ਤਪਾਉਣ ਦਾ ਕੰਮ ਕੀਤਾ ਇਸ ਵਕਤ ਹਰਿਆਣੇ ਦੀ ਸਰਕਾਰ ਨੇ ਸੋ ਬਾਕੀ ਸੂਬਿਆਂ ਦੇ ਵਿੱਚ ਵੀ ਕਿਸਾਨ ਅੰਦ यूपी ਦੇ ਵਿੱਚ ਕਿਸਾਨ ਆਗੂ ਆ ਜਿਹੜੇ ਉਹ ਲਗਾਤਾਰ ਇਹ ਗੱਲ ਕਹਿ ਰਹੇ ਆ ਕਿ ਅਸੀਂ ਇੱਥੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਯੋਗੀ ਨੂੰ ਸਬਕ ਸਿਖਾਵਾਂਗੇ ਵੀ ਭਾਈ ਤੁਸੀਂ ਕਹਿੰਦੇ ਕੀ ਰਹੇ ਹੋ ਤੇ ਕਰਦੇ ਕੀ ਆ ਤੁਹਾਡੀ ਨਜ਼ਰ ਦੇ ਵਿੱਚ ਕਿਸਾਨ ਮਹੱਤਵਪੂਰਨ ਕਿਉਂ ਨਹੀਂ ਅਸੀਂ ਇਹਨਾਂ ਨੂੰ ਇਸ ਗੱਲ ਦੇ ਬਾਬਤ ਜਾਣਕਾਰੀ ਦੇਵਾਂਗੇ ਕਿ ਭਾਈ ਕਿਸਾਨਾਂ ਦੇ ਬਿਨਾ ਤੁਹਾਡਾ ਸਰਨਾ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਦੇ ਉੱਤੇ ਬਿਲਕੁਲ ਚੁੱਪ ਵੱਟੀ ਬੈਠੇ ਕੇਸਲਬਾਰੀ ਬੈਠੇ ਆ ਕੱਲ ਤੱਕ ਪ੍ਰਧਾਨ ਮੰਤਰੀ ਦੇ ਨਾਲ ਦੇ ਜੁੜੇ ਹੋਏ ਲੋਕ ਇਹ ਗੱਲ ਕਹਿੰਦੇ ਸੀ ਕਿ ਕਿਸਾਨ ਅੱਗੇ ਨਹੀਂ ਆਉਂਦੇ ਗੱਲਬਾਤ ਕਰਨ ਦੇ ਲਈ ਅਸੀਂ ਤਾਂ ਗੱਲਬਾਤ ਕਰਨ ਨੂੰ ਤਿਆਰ ਆ ਪਰ ਹੁਣ ਜੋ ਲੋਕ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਹੋਈ ਹੈ ਤੇ ਇਹ ਗੱਲ ਕਹੀ ਹੈ ਜੀ ਕਿ ਦੱਸੋ ਆਪਾਂ ਮੀਟਿੰਗ ਕਦੋਂ ਕਰਗੇ ਤੁਸੀਂ ਸਮਾਂ ਦਿਓ ਸਾਨੂੰ ਤਾਂ ਗੇਂਦ ਖੜ ਕੇਂਦਰ ਸਰਕਾਰ ਦੇ ਪਾਲੇ ਦੇ ਵਿੱਚ ਕਿਸਾਨ ਆਗੂਆਂ ਨੇ ਸੁੱਟ ਦਿੱਤੀ ਹੈ ਉਹ ਕਦੋਂ ਮੰਨਦੇ ਆ ਤੇ ਕੀ ਕਹਿੰਦੇ ਆ ਹੁਣ ਇਹਦੇ ਲਈ ਸਭ ਦੀ ਨਿਗਾ ਟਿਕੀ ਰਹਿਣੀ ਆ ਪਰ ਦੇਸ਼ ਦੁਨੀਆ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਨੂੰ ਹੰਗਾਰਾ ਮਿਲ ਰਿਹਾ ਇਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਕਿਸਾਨ ਚੜ੍ਹਦੀ ਕਲਾ ਦੇ ਵਿੱਚ ਰਹਿਣ ਜਿੰਦਾਬਾਦ ਰਹਿਣ ਹਰ ਕੋਈ ਜਿੰਦਾਬਾਦ ਰਵੇ ਇਹਦੀ ਅਸੀਂ ਕਾਮਨਾ ਕਰਦੇ ਆ ਲੰਗੇ ਕੱਲ ਵੀ ਕਾਂਗਰਸ ਹਾਈ ਕਮਾਂਡ ਦੇ ਸੱਦੇ ਦੇ ਉਤੇ ਤਿੰਨ ਮੈਂਬਰੀ ਕਮੇਟੀ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਦੇ ਵਿੱਚ ਇੱਕ ਨਵਜੋਤ ਸਿੰਘ ਸਿੱਧੂ ਵੀ ਸੀ ਸਿੱਧੂ ਹੁਣਾਂ ਨੇ ਇਹ ਤਾਂ ਨਹੀਂ ਗੱਲ ਦੱਸੀ ਬਾਹਰ ਆ ਕੇ ਮੀਟਿੰਗ ਦੇ ਵਿੱਚੋਂ ਕਿ ਭਾਈ ਮੈਨੂੰ ਕੀ ਪੁੱਛਿਆ ਤੇ ਮੈਂ ਉਹਨਾਂ ਨੂੰ ਕੀ ਦੱਸਿਆ ਪਰ ਉਹ ਕਹਿੰਦੇ ਜੀ ਕਿ ਮੈਂ ਠੋਕ ਵਜਾ ਕੇ ਉੱਤਰ ਦੇ ਕੇ ਆਇਆ ਮੈਂ ਬਿਨਾਂ ਕਿਸੇ ਡਰ ਦੇ ਉੱਤਰ ਦੇ ਕੇ ਆਇਆ ਮੈਂ ਹਰ ਗੱਲ ਉਹ ਦੱਸ ਕੇ ਆਇਆ ਜਿਹੜੀ ਕਿ ਸੱਚੀ ਹੈ ਤੇ ਦੱਸਣੀ ਬਣਦੀ ਸੀ ਤੇ ਬਾਅਦ ਦੇ ਵਿੱਚ ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਇੱਕ ਕਦਮ ਵੀ ਪਿਛੇ ਨਹੀਂ ਹਟਿਆ ਤੇ ਮੈਂ ਆਪਣੇ ਸਟੈਂਡ ਦੇ ਉੱਤੇ ਕਾਇਮ ਸਾਂ ਹਾਂ ਤੇ ਰਹਾਗਾ ਹੁਣ ਸੋਚਣਾ ਵਿਚਾਰਨਾ ਇਹ ਬਣਦਾ ਹੈ ਵੀ ਅੱਜ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਤਿੰਨ ਮੈਂਬਰੀ ਕਮੇਟੀ ਦੇ ਮੂਹਰੇ ਪੇਸ਼ ਹੋਣਾ ਜਿਹਦੇ ਵਿੱਚ ਹਰੀ ਸ਼ਰਾਵਤ ਮਲਕ ਅਰਜੁਨ ਖੜਗੇ ਤੇ ਜੇਪੀ ਅਗਰਵਾਲ ਸ਼ਾਮਿਲ ਹੈ ਅੱਜ ਕੈਪਟਨ ਅਮਰਿੰਦਰ ਸਿੰਘ ਕੀ ਤਰਕ ਪੇਸ਼ ਕਰਨਗੇ ਕੀ ਉੱਤਰ ਦੇਣਗੇ ਕਿਉਂਕਿ ਹੁਣ ਤੱਕ ਤਿੰਨ ਦਿਨ ਯਾਨੀ ਕਿ ਅੱਜ ਸਮੇਤ ਤਿੰਨ ਦਿਨ ਪੂਰੇ ਹੋ ਜਾਣੇ ਆ ਵੱਖ-ਵੱਖ ਵਿਧਾਇਕਾਂ ਦੇ ਵੱਲੋਂ ਮੰਤਰੀਆਂ ਦੇ ਵੱਲੋਂ ਹੋਰ ਅਗਮਨ ਦੇ ਵੱਲੋਂ ਜਾ ਕੇ ਪੰਜਾਬ ਦੇ ਹਾਲਾਤ ਦੱਸੇ ਗਏ ਆ ਕੱਲ ਜਿੰਨੇ ਵੀ ਵਿਧਾਇਕ ਜਿੰਨੇ ਵੀ ਮੈਂਬਰ ਪਾਰਲੀਮੈਂਟ ਬਾਹਰ ਆਏ ਮੀਟਿੰਗ ਦੇ ਵਿੱਚੋਂ ਉਹਨਾਂ ਨੇ ਗੋਲਮੋਲ ਦੀਆਂ ਗੱਲਾਂ ਕੀਤੀਆਂ ਕਿ ਜੀ ਇਹ ਤਾਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਲਈ ਮੀਟਿੰਗ ਹੋਈ ਹੈ ਇਹ ਤਾਂ ਜੀ ਪੰਜਾਬ ਦੇ ਹਾਲਾਤ ਦੇ ਉੱਤੇ ਨਜ਼ਰਸਾਨੀ ਕਰਨ ਦੇ ਲਈ ਮੀਟਿੰਗ ਹੋਈ ਹੈ ਇਹਦੇ ਵਿੱਚ ਕਿਸੇ ਦੀ ਕੋਈ ਫਿੱਕ ਵਾਲੀ ਗੱਲ ਨਹੀਂ ਕੀਤੀ ਗਈ ਸਾਰੇ ਅਸੀਂ ਇਕੱਠੇ ਹਾਂ ਇਹ ਉਹ ਗੱਲਾਂ ਜਿਹੜੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਲੋਕ ਕਰਦੇ ਰਹੇ ਆ ਤੇ ਪਤਾ ਨਹੀਂ ਕਿੰਨਾ ਚਿਰ ਕਰਦੇ ਰਹਿਣਗੇ ਪਰ ਪੰਜਾਬ ਦੇ ਅੰਦਰ ਕਾਂਗਰਸ ਖਖੜੀਆਂ ਕਰੇਲੇ ਹੋਈ ਪਈ ਹੈ ਇਹਦੇ ਬਾਰੇ ਵੀ ਪੰਜਾਬ ਦਾ ਬੱਚਾ-ਬੱਚਾ ਜਾਣਦਾ ਉਸ ਤੋਂ ਅਗਲੀ ਗੱਲ ਇਹ ਆ ਵੀ ਕੀ ਪੰਜਾਬ ਦੇ ਵਿੱਚ ਨਵਜੋਸ਼ ਸਿੱਧੂ ਨੂੰ ਕੋਈ ਮਹੱਤਵਪੂਰਨ ਭੂਮਿਕਾ ਮਿਲੂ ਜਾਂ ਨਹੀਂ ਕੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਮੁੱਖ ਮੰਤਰੀ ਆ ਉਹ ਕੋਈ ਮਹੱਤਵਪੂਰਨ ਭੂਮਿਕਾ ਦੇਣ ਦੇ ਮਾਮਲੇ ਨੇ ਉੱਤੇ ਆਪਣੀ ਰਜ਼ਾਮੰਦੀ ਪ੍ਰਗਟ ਕਰਨਗੇ ਕਿਉਂਕਿ ਸਿੱਧੂ ਦੇ ਬਾਬਤ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਹੀ ਹੋਈ ਆ ਵੀ ਉਹਨੂੰ ਕਿਹੜਾ ਮਹੱਤਵਪੂਰਨ ਰੁਤਬਾ ਦੇ ਲਈ ਉਹਦੇ ਨਾਲੋਂ ਸੀਨੀਅਰ ਬਹੁਤ ਸਾਰੇ ਕਾਂਗਰਸ ਦੇ ਵਿਧਾਇਕ ਬਹੁਤ ਸਾਰੇ ਮੰਤਰੀ ਆ ਜੇਕਰ ਉਹਨੂੰ ਡਿਪਟੀ ਸੀਐਮ ਜਾਂ ਕਾਂਗਰਸ ਦਾ ਪ੍ਰਧਾਨ ਬਣਾਉਨੇ ਆ ਤਾਂ ਫਿਰ ਬਾਕੀ ਨਾ ਨਾਰਾਜ਼ ਹੋਣਗੇ ਵੀ 6 6.5 ਸਾਲ ਪਹਿਲਾਂ ਬੰਦਾ ਆਇਆ ਹੁਣ ਤੁਸੀਂ ਉਹਨੂੰ ਇਸ ਥਾਂ ਦੇ ਉੱਤੇ ਬਿਠਾ ਦਿੱਤਾ ਸੋ ਦੋਵਾਂ ਧਿਰਾਂ ਦੇ ਵਿੱਚ ਕੜਤਨ ਬਹੁਤ ਆ ਇਹ ਜਿਹੜੀ ਤਿੰਨ ਮੈਂਬਰੀ ਕਮੇਟੀ ਹੈ ਇਹ ਕੁੜਤਣ ਕਿੰਨੀ ਖਤਮ ਕਰਨ ਦੇ ਵਿੱਚ ਕਾਮਯਾਬ ਹੋ ਇਹ ਵਕਤ ਬਿਆਨ ਕਰੂਗਾ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਪੰਜਾਬ ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਕੋਟਕਪੂਰਾ ਦੀ ਬੇਅਦਬੀ ਤੇ ਪੁਲਿਸ ਫਾਇਰਿੰਗ ਦੇ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਵੱਲੋਂ ਲੰਘੇ ਕੱਲ ਹਾਈ ਕਮਾਂਡ ਦੇ ਵੱਲੋਂ ਬਣਾਈ ਗਈ ਕਮੇਟੀ ਨਾਲ ਮੁਲਾਕਾਤ ਕੀਤੀ ਗਈ ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ਼ ਮਕਾਉਣ ਦੇ ਲਈ ਪਾਰਟੀ ਹਾਈ ਕਮਾਂਡ ਨੇ ਤਿੰਨ ਮੈਂਬਰੀ ਪੈਨਲ ਗਠਿਤ ਕੀਤਾ ਜਿਹਨੂੰ ਮਿਲਣ ਵਾਸਤੇ ਨਵਜੋਤ ਤੇ ਇੱਕ तिहाई ਵਿਧਾਇਕ ਇਸ ਪੈਨਲ ਨੂੰ ਨਵੀਂ ਦਿੱਲੀ ਮਿਲਣ ਵਾਸਤੇ ਪਹੁੰਚੇ ਨੇ ਕਾਂਗਰਸ ਹਾਈ ਕਮਾਂਡ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਅੰਦਰੂਨੀ ਖਿਲਾਰਾ ਸੰਭਾਲਣਾ ਚਾਹੁੰਦੀ ਹੈ ਉਧਰ ਸਿੱਧੂ ਨੇ ਪੈਨਲ ਨੂੰ ਮਿਲਣ ਤੋਂ ਬਾਅਦ ਕਿਹਾ ਮੈਂ ਪੰਜਾਬ ਦੀ ਆਵਾਜ਼ ਹੇਠਲੇ ਪੱਧਰ ਤੋਂ ਸੁਣਾ ਕੇ ਆਇਆ ਹਾਈ ਕਮਾਂਡ ਨੂੰ ਸੱਚ ਤੋਂ ਜਾਣੂ ਕਰਵਾ ਕੇ ਆਇਆ ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਹਿੱਸੇਦਾਰ ਬਣਾਉਣਾ ਹੈ ਤੇ ਵਿਰੋਧੀਆਂ ਨੂੰ ਹਰਾਉਣਾ ਜਿੱਤੇ ਕਾ ਪੰਜਾਬ ਹੋਰ ਮੇਰਾ ਕੋਈ ਵੀ ਮਤਲਬ ਨਹੀਂ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਆਪਣਾ ਰੋਸ ਜ਼ਾਹਰ ਕੀਤਾ ਗਿਆ ਇਹ ਵੱਖਰੀ ਗੱਲ ਹੈ ਕਿ ਉਹਦੇ ਰੋਸ ਦਾ ਕਦੇ ਕੋਈ ਮੁੱਲ ਨਹੀਂ ਪਿਆ ਉਹਦੇ ਰੋਸ ਦੀ ਕਦੇ ਕਦਰ ਨਹੀਂ ਹੋਈ ਵੱਡੀ ਗਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਆਪਾਂ ਰੋਸ ਹੀ ਕਰੀ ਜਾਵਾਂਗੇ ਜਾਂ ਕੋਈ ਕੰਮ ਵੀ ਕਰਾਂਗੇ ਲੋਕਾਂ ਨੇ ਸਵਾਲ ਆ ਤੇ ਸਵਾਲਾਂ ਨੂੰ ਖਿੜੇ ਮੱਥੇ ਸਵੀਕਾਰ ਵੀ ਕਰਨਾ ਚਾਹੀਦਾ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਵੱਲੋਂ ਕਈ ਮੁਤਾਬਕ ਕੰਮ ਨਹੀਂ ਕੀਤੇ ਗਏ ਪਰ ਇਹ ਵੀ ਗੱਲ ਸੱਚੀ ਹੈ ਪੀ ਪੰਜਾਬ ਦੇ ਲੋਕਾਂ ਨੇ ਮੂਹਰੇ ਖੜ ਕੇ ਕਿਸੇ ਵਿਧਾਇਕ ਦੇ ਮੂਹਰੇ ਕਿਸੇ ਮੰਤਰੀ ਦੇ ਮੂਹਰੇ ਸਵਾਲ ਵੀ ਨਹੀਂ ਕੀਤੇ ਸਾਢੇ 4 ਸਾਲ ਲਗਭਗ ਹੋਣ ਵਾਲੇ ਆ ਪੰਜਾਬ ਦੇ ਵਿੱਚ ਕੋਈ 85% ਵਾਦੇ ਪੂਰੇ ਨਹੀਂ ਹੋਏਗੇ ਇਹ ਪੰਜਾਬ ਦੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਕਹਿਣਾ ਜਿਹੜੇ ਜਿਹੜੇ ਵਾਦੇ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਗਏ ਸੀ ਉਹ ਬੜੇ ਮਹੱਤਵਪੂਰਨ ਸੀ ਉਹ ਪਹਿਲ ਦੇ ਆਧਾਰ ਤੇ ਪੂਰੇ ਹੋਣੇ ਚਾਹੀਦੇ ਸੀ ਪਰ ਉਹਦੇ ਵਿੱਚ ਹਾਲੇ ਐਸਆਈਟੀ ਬਣ ਰਹੀ ਹੈ ਐਸਆਰਟੀ ਬਣ ਗਈ ਐਸਆਰਟੀ ਹਟਾਤੀ ਨਵੇਂ ਮੈਂਬਰ ਲਾਤੇ ਫਿਰ ਪੜਤਾਲ ਹੋ ਉਹ ਬੁਰਜ ਜਵਾਰ ਸਿੰਘ ਵਾਲਾ ਪਹੁੰਚ ਗਏ ਹੁਣ ਬਰਗਾੜੀ ਚ ਪਹੁੰਚ ਗਏ ਹੁਣ ਕੋਟਕਪੂਰੇ ਦੇ ਵਿੱਚ ਪਹੁੰਚ ਗਏ ਇਹ ਗੱਲਾਂ ਕਰ ਕਰਕੇ ਲੋਕਾਂ ਨੂੰ ਟਰਕਾਇਆ ਜਾ ਰਿਹਾ ਤੇ ਲੋਕਾਂ ਦੇ ਵੱਡੇ ਹਿੱਸੇ ਦਾ ਇਹ ਕਹਿਣਾ ਵੀ ਹੁਣ ਅਸੀਂ ਆਰਜਾ ਪਾਰ ਦੀ ਗੱਲ ਚਾਹੁੰਦੇ ਆ ਨਵਜੋਤ ਸਿੰਘ ਸਿੱਧੂ ਵੀ ਇਸ ਮਸਲੇ ਨੂੰ ਚੁੱਕਦੇ ਰਹੇ ਆ ਪਰ ਜਿਹੜੇ ਸ਼ਰੀਕ ਆ ਉਹ ਇਹ ਗੱਲ ਕਹਿੰਦੇ ਕਿ ਸਿੱਧੂ ਹੋਣੀ ਮਸਲੇ ਕਿਉਂ ਚੁੱਕਦਾ ਜਦੋਂ ਪਹਿਲਾਂ ਸਰਕਾਰ ਦੇ ਵਿੱਚ ਸੀ ਮੰਤਰੀ ਉਦੋਂ ਕਿਉਂ ਨਾ ਚੁੱਕੇ ਹੁਣ ਤੋਂ ਪਹਿਲਾਂ ਕਿਉਂ ਨਾ ਚੁੱਕੇ ਤੇ ਚੋਣਾ ਵਾਲੇ ਬਰੇ ਦੇ ਵਿੱਚ ਹੀ ਕਿਉਂ ਚੁੱਕੇ ਜਾ ਰਹੇ ਆ ਰਾਜਨੀਤੀ ਦੇ ਵਿੱਚ ਇਹ ਕੁਝ ਚੱਲਦਾ ਰਿਹਾ ਤੇ ਮੇਰਾ ਖਿਆਲ ਲੰਮਾ ਸਮਾਂ ਚੱਲਦਾ ਰਹਿਣਾ ਬਾਕੀ ਸਿਚਾਉ ਨੇ ਕਿ ਪੰਜਾਬ ਦਾ ਭਲਾ ਹੋਵੇ ਪਰ ਇਸ ਵਕਤ ਕਾਂਗਰਸ ਦੇ ਵਿੱਚ ਕਾਟੋਪਲੇਸ਼ ਸਿਖਰ ਦੇ ਉੱਤੇ ਹੈ ਧਰਮ ਦੇ ਨਾਂ ਦੇ ਉੱਤੇ ਬਹੁਤ ਸਾਰੇ ਲੋਕ ਜਾਣ ਬੁੱਝ ਕੇ ਸ਼ਰਾਰਤਾਂ ਕਰ ਕਰਕੇ ਝੇੜੇ ਪੈਦਾ ਕਰਦੇ ਆ ਕੋਈ ਕਿਸੇ ਧਰਮ ਨੂੰ ਮੰਨਦਾ ਕੋਈ ਨਹੀਂ ਮੰਨਦਾ ਇਹ ਇੱਕ ਵੱਖਰੀ ਗੱਲ ਹੈ ਕੋਈ ਨਾਸਤਿਕਾ ਕੋਈ ਆਸਤਿਕਾ ਇਹ ਮੈਨੂੰ ਨਿੱਜੀ ਤੌਰ ਦੇ ਉੱਤੇ ਜਾਪਦਾ ਕਿ ਬੰਦੇ ਦੀ ਆਪਣੀ ਮਰਜ਼ੀ ਆ ਇਹਦੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਆ ਪਰ ਕਿਸੇ ਵੀ ਧਰਮ ਦੇ ਨਾਲ ਜੁੜੇ ਕੋਈ ਲੋਕਾਂ ਨੂੰ ਝੜਕਾਉਣਾ ਉਹਨਾਂ ਦੀਆਂ ਭਾਵਨਾਵਾਂ ਦੇ ਉੱਤੇ ਸੱਟ ਮਾਰਨਾ ਇਹ ਇੱਕ ਬਹੁਤ ਵੱਡਾ ਗੁਨਾਹ ਇਹਨੂੰ ਮੈਂ ਗਲਤੀ ਨਹੀਂ ਇਹਨੂੰ ਮੈਂ ਗੁਨਾਹ ਮੰਨਦਾ ਕਿਉਂਕਿ ਲੋਕ ਜਦੋਂ ਝੜਕਦੇ ਆ ਤੇ ਉਸ ਤੋਂ ਬਾਅਦ ਕਈ ਕਿਸਮ ਦਾ ਨੁਕਸਾਨ ਹੋ ਸਕਦਾ ਹੈ ਪਰ ਜਦੋਂ ਹੁਣ ਭਾਰਤ ਦੇ ਵਿੱਚ ਵਾਰ-ਵਾਰ ਸ਼ਰਾਰਤਾਂ ਹੋ ਰਹੀਆਂ ਕਰੇ ਤਾਂ ਤਾਮਿਲਨਾਡੂ ਦੇ ਵਿੱਚ ਇੱਕ ਫੈਕਟਰੀ ਹੈ ਜਿਹੜੀ ਇੱਕ ਕੰਪਨੀ ਹੈ ਜਿਹੜੀ ਉਹ ਬੀੜੀਆਂ ਦੇ ਬੰਡਲ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਛਾਪਦੀ ਹੈ ਕਰੇ ਖਬਰਾਂ ਇਹ ਆਉਂਦੀਆਂ ਕਿ ਐਮਾਜ਼ਾਨ ਜਿਹੜੀ ਕਿ ਖਰੀਦੋ-ਫਰੋਖਤ ਵਾਲੀ ਸਾਈਟ ਹੈ ਜਿਹਦੇ ਤੋਂ ਅਸੀਂ ਆ ਉਦੇ ਵੱਲੋਂ ਇੱਕ ਮੈਟ ਆ ਜਿਹੜਾ ਉਹ ਫੋਟੋ ਦੇ ਰੂਪ ਦੇ ਵਿੱਚ ਪਾਇਆ ਹੋਇਆ ਆਪਣੀ ਵੈਬਸਾਈਟ ਦੇ ਉੱਤੇ ਉਹਦੇ ਉੱਤੇ ਦਰਬਾਰ ਸਾਹਿਬ ਦੀ ਫੋਟੋ ਆ ਤੇ ਇਹ ਮੈਟ ਹੈਗਾ ਟਾਇਲਟ ਸੀਟ ਦੇ ਵਿੱਚ ਲਜਾਣ ਵਾਲਾ ਉੱਥੇ ਰੱਖਣ ਵਾਲਾ ਹੁਣ ਇੱਕ ਨਵੀਂ ਖਬਰ ਆ ਗਈ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਸੈਂਚੀਆਂ ਜਿਹੜੀਆਂ ਉਹਨਾਂ ਦਾ ਕਿੰਨਾ ਸਤਿਕਾਰ ਕਰਦੇ ਆ ਅਸੀਂ ਗੁਟਕਾ ਸਾਹਿਬ ਦਾ ਕਿੰਨਾ ਸਤਿਕਾਰ ਕਰਦੇ ਆ ਪਰ ਜਿਵੇਂ ਬਾਕੀ ਕਿਤਾਬਾਂ ਵਿਖਦੀਆਂ ਉਸੇ ਰੂਪ ਦੇ ਵਿੱਚ ਐਮਾਜ਼ੋਨ ਦੇ ਵੱਲੋਂ ਇਹ ਤਸਵੀਰਾਂ ਪਾਈਆਂ ਗਈਆਂ ਆਪਣੀ ਵੈਬਸਾਈਟ ਦੇ ਉੱਤੇ ਤੇ ਇਹ ਗੱਲ ਕਹੀ ਗਈ ਹੈ ਜੀ ਕਿ ਬਸ ਇਹ ਵੀ ਤੁਸੀਂ ਖਰੀਦਣ ਵਾਲੀਆਂ ਚੀਜ਼ਾਂ ਖਰੀਦ ਸਕਦੇ ਆ ਹੁਣ ਇਸ ਗੱਲ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਇਹ ਗੱਲ ਕਹੀ ਗਈ ਹੈ ਕਿ ਐਮਾਜ਼ਾਨ ਦੇ ਵੱਲੋਂ ਜਾਂ ਤਾਂ ਮਾਫੀ ਮੰਗੀ ਜਾਵੇ ਤੇ ਜਿਹੜੀਆਂ ਇਹ ਤਸਵੀਰਾਂ ਪਾਈਆਂ ਗਈਆਂ ਵੀ ਭਾਈ ਇੰਨੇ ਦੇ ਵਿੱਚ ਆਹ ਗੁਟਕਾ ਤੇ ਇੰਨੇ ਦੇ ਵਿੱਚ ਆਹ ਧਾਰਮਿਕ ਚੀਜ਼ ਵਿਕਦੀ ਆ ਇਹ ਸਾਰਾ ਕੁਝ ਲਾਇਆ ਜਾਵੇ ਤੇ ਜਾਂ ਫਿਰ ਕਾਨੂੰਨੀ ਕਾਰਵਾਈ ਵਾਸਤੇ ਐਮਾਜ਼ਾਨ ਤਿਆਰ ਰਵੇ ਕੀ ਐਮਾਜ਼ਾਨ ਦੇ ਵੱਲੋਂ ਜਾਣਬੁੱਝ ਕੇ ਸ਼ਰਾਰਤਾ ਕੀਤੀ ਜਾਂਦੀ ਹੈ ਕੀ ਭਾਰਤ ਦੇ ਵਿੱਚ ਬੀੜੀਆਂ ਦੇ ਬੰਡਲ ਦੇ ਉੱਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਛਾਪਣੀਆਂ ਇਹ ਸ਼ਰਾਰਤ ਦਾ ਹਿੱਸਾ ਇਹ ਸ਼੍ਰੋਮਣੀ ਕਮੇਟੀ ਦੇ ਵੀ ਸਮਝਣ ਦਾ ਹਿੱਸਾ ਹੈਗਾ ਤੇ ਆਮ ਲੋਕਾਂ ਦੇ ਲਈ ਵੀ ਸੋਚਣ ਤੇ ਵਿਚਾਰਨ ਵਾਲਾ ਮਸਲਾ ਹੈਗਾ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਨਲਾਈਨ ਵਿਕਰੀ ਵਾਲੀ ਵੈੱਬਸਾਈਟ ਐਮਾਜ਼ਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਸੈਂਚੀਆਂ ਤੇ ਗੁਟਕਾ ਸਹਿਬਾਨ ਵੇਚਣ ਦਾ ਸਖਤ ਨੋਟਿਸ ਲਿਆ ਐਮਾਜ਼ਾਨ ਦੇ ਵੱਲੋਂ ਕੀਤੀ ਜਾ ਰਹੀ ਅਜਿਹੀ ਕਾਰਵਾਈ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸਿਧਾਂਤਾਂ ਸ਼੍ਰੋਮਣੀ ਕਮੇਟੀ ਦੇ ਮੁਖੀ ਕਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਬਾਣੀ ਦੇ ਸਤਕਾਰ ਨੂੰ ਮੁੱਖ ਰੱਖਦੇ ਹਾਂ ਗੁਰਬਾਣੀ ਦੇ ਗੁਟਕਾ ਸਹਿਬਾਨ ਦੀ ਆਨਲਾਈਨ ਵਿਕਰੀ ਕਰਨਾ ਠੀਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਿੱਖ ਸੰਗਤਾਂ ਦੇ ਮਨਾਂ ਅੰਦਰ ਗੁਰਬਾਣੀ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਹੈ ਤੇ ਐਮਾਜ਼ਾਨ ਵੱਲੋਂ ਆਨਲਾਈਨ ਗੁਟਕਾ ਵੇਚਣਾ ਸਿੱਖਾਂ ਦੇ ਮਨਾਂ ਦੇ ਉੱਤੇ ਭਾਰੀ ਸੱਟ ਮਾਰਨ ਵਾਲੀ ਗੱਲ ਹੈ। ਉਹਨਾਂ ਨੇ ਐਮਾਜ਼ਾਨ ਨੂੰ ਆਪਣੀ ਵੈੱਬਸਾਈਟ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਸੈਂਚੀਆਂ ਤੇ ਗੁਟਕਾ ਸਾਹਿਬ ਨੂੰ ਤੁਰੰਤ ਹਟਾਉਣ ਵਾਸਤੇ ਕਿਹਾ ਤੇ ਉਹਨਾਂ ਨੇ ਕਿਹਾ ਕਿ ਐਮਾਜ਼ਾਨ ਕ ਤੇ ਜੇਕਰ ਉਹਨਾਂ ਦੇ ਵੱਲੋਂ ਹਲੇ ਵੀ ਇਸ ਮਾਮਲੇ ਦੇ ਉੱਤੇ ਗੌਰ ਫਰਮਾਈ ਨਾ ਕੀਤੀ ਗਈ ਤਾਂ ਇਹਨਾਂ ਕੰਪਨੀਆਂ ਦੇ ਅਧਿਕਾਰੀਆਂ ਨੂੰ ਸਿਰਫ ਕਚਹਿਰੀਆਂ ਦੇ ਵਿੱਚ ਹੀ ਟੱਕਰਿਆ ਜਾਵੇਗਾ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਤੇ ਜਿਹੋ ਜਿਹੀਆਂ ਕਰਤੂਤਾ ਚੱਲ ਰਹੀਆਂ ਮੇਰਾ خیال ਇਹ ਆਖਰੀ ਵਾਰ ਵੀ ਨਹੀਂ ਹੋਇਆ ਬਹੁਤ ਸਾਰੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਗਲਤ ਥਾਵਾਂ ਦੇ ਉੱਤੇ ਛਾਪ ਗਈਆਂ ਜਿਹਦੇ ਕਰਕੇ ਹਿੰਦੂ ਭਾਈਚਾਰੇ ਦੇ ਵਿੱਚ ਵੀ ਸਮੇਂ-ਸਮੇਂ ਦੇ ਉੱਤੇ ਗੁੱਸਾ ਪ੍ਰਚੰਡ ਹੋਇਆ ਕਦੇ ਮੁਸਲਮਾਨ ਭਾਈਚਾਰੇ ਨੂੰ ਗੁੱਸਾ ਆਉਂਦਾ ਕਿਉਂਕਿ ਜਿਹੜੇ ਲੋਕ ਸ਼ਰਾਰਤੀ ਆ ਉਹ ਇਹ ਨਹੀਂ ਵੇਖਦੇ ਵੀ ਅਸੀਂ ਇੱਕ ਧਰਮ ਵਿਸ਼ੇਸ਼ ਦੇ ਉੱਤੇ ਵਾਰ ਕਰਨਾ ਉਹ ਸਾਰੇ ਧਰਮਾਂ ਦੇ ਲੋਕਾਂ ਨੂੰ ਭੜਕਾਉਣ ਦਾ ਕੰਮ ਕਰਦੇ ਆ ਕਦੇ ਇੱਕ ਪਤਾ ਲੱਗਦਾ ਜੀ ਕਿ ਚੱਪਲ ਦੇ ਉੱਤੇ ਕਿਸੇ ਦੇਵੀ ਦੇਵਤੇ ਦੀ ਫੋਟੋਸ਼ਾਪੀ ਗਈ ਆ ਕਦੇ ਖਬਰ ਆਉਂਦੀ ਜੀ ਕਿ ਬੀਅਰ ਦੀ ਬੋਤਲ ਦੇ ਉੱਤੇ ਕਿਸੇ ਦੇਵੀ ਦੇਵਤੇ ਦੀ ਫੋਟੋਸ਼ਾਪ ਦਿੱਤੀ ਗਈ ਆ ਕਦੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਕਿਸੇ ਗਲਤ ਥਾਂ ਦੇ ਉੱਤੇ ਛਾਪੜ ਦੀਆਂ ਖਬਰਾਂ ਆਉਂਦੀਆਂ ਇਹ ਸਾਰਾ ਕੁਝ ਜਾਣ ਪੁੱਝ ਕੇ ਇਲਤਾਂ ਦੇ ਰੂਪ ਦੇ ਵਿੱਚ ਕੀਤਾ ਜਾ ਰਿਹਾ ਅਸੀਂ ਪੰਜਾਬ ਦੇ ਵਾਸੀ ਆ ਸਾਡੇ ਜਿਹੜੇ ਸਰੋਤੇ ਦੇ ਦਰਸ਼ਕ ਨੇ ਦੁਨੀਆ ਭਰ ਦੇ ਵਿੱਚ ਵਸਦੇ ਆ ਭ ਵੀਕਰਨਾਟਕ ਦੇ ਵਿੱਚ ਕਿਹੜੇ ਧਰਮ ਦੇ ਗੁਰੂ ਨੂੰ ਮੰਨਿਆ ਜਾਂਦਾ ਉੱਥੋਂ ਦੇ ਲੋਕਾਂ ਦੇ ਕਿਹੜੇ ਰੀਤੀ ਰਿਵਾਜ ਆ ਪਰ ਅਸੀਂ ਉਹਨਾਂ ਦੇ ਉੱਤੇ ਕਦੇ ਟਿੱਪਣੀ ਨਹੀਂ ਕਰਦੇ ਅੱਜ ਗੂਗਲ ਨੇ ਸਾਰੀ ਦੁਨੀਆ ਨੂੰ ਇੱਕ ਪਿੰਡ ਬਣਾਇਆ ਹੋਇਆ ਕੀ ਅਸੀਂ ਇਸ ਗੱਲ ਦਾ ਪਤਾ ਨਹੀਂ ਲਾ ਸਕਦੇ ਵੀ ਭਾਈ ਕਿਹੜੀਆਂ ਗੱਲਾਂ ਨੂੰ ਕਿਹੜੇ ਧਰਮ ਦੇ ਨਾਲ ਜੁੜੇ ਹੋਏ ਲੋਕ ਕਿਵੇਂ ਅਪਣਾਉਂਦੇ ਆ ਕਿਵੇਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਦੀਆਂ ਕਿਹੜੇ ਗੁਰੂ ਸਾਹਿਬਾਨ ਨੂੰ ਕਿਹੜੇ ਦੇਵੀ ਦੇਵਤੇ ਨੂੰ ਕਿਹੜੇ ਸੂਬੇ ਦੇ ਲੋਕ ਸਭ ਤੋਂ ਵੱਧ ਜਿਹੜੇ ਉਹ ਆਸਥਾ ਦੇ ਨਾਲ ਜੁੜੇ ਹੋਏ ਆ ਸੋ ਜਾਣਬੁੱਝ ਕੇ ਇਹ ਇਲਤਾ ਕੀਤੀਆਂ ਜਾ ਰਹੀਆਂ ਆ ਇਨਾ ਇਲਤਾਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਸੀ ਸੀ ਸ਼ਬਦ ਮੈਂ ਤਾਂ ਕਹਿਣਾ ਕਿਉਂਕਿ ਦੇਰੀ ਬਹੁਤ ਕੀਤੀ ਗਈ ਹੈ ਜਿਸ ਦੇ ਕਰਕੇ ਇਹੋ ਜਿਹੇ ਲੋਕਾਂ ਦੇ ਹੌਸਲੇ ਸਮੇਂ-ਸਮੇਂ ਤੇ ਬੁਲੰਦ ਹੋਏ ਆ ਸੋ ਦੁੱਖ ਹੁੰਦਾ ਇਹਦਾ ਗੱਲਾਂ ਬਾਰੇ ਜਾਣ ਕੇ ਮੈਂ ਮੁੱਢ ਦੇ ਵਿੱਚ ਗੱਲ ਕਹੀ ਆ ਕੋਈ ਆਸਤਕ ਨਾਸਤਕ ਹੋ ਸਕਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਜੋ ਮਰਜ਼ੀ ਕਹੀ ਜਾਓ ਤੇ ਅਸੀਂ ਉਹਨੂੰ ਪ੍ਰਵਾਨ ਕਰੀ ਜਾਗੇ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਲੋਕਾਂ ਦੀ ਘਾਟ ਵੀ ਨਹੀਂ ਇੱਥੇ ਤੇ ਸਤਿਕਾਰ ਕਰਨ ਵਾਲੇ ਲੋਕਾਂ ਦੀ ਵੀ ਘਾਟ ਨਹੀਂ ਮर्याਦਾ ਨੂੰ ਢਾਹ ਲਾਉਣ ਵਾਲੇ ਲੋਕਾਂ ਦੀ ਘਾਟ ਵੀ ਨਹੀਂ ਤੇ ਮर्याਦਾ ਕਾਇਮ ਰੱਖਣ ਦੇ ਲਈ ਬਜ਼ਦ ਲੋਕਾਂ ਦੀ ਘਾਟ ਵੀ ਨਹੀਂ ਪਰ ਜਿਹੜੇ ਲੋਕ ਜਾਣਬੁੱਝ ਕੇ ਸ਼ਰਾਰਤਾ ਕਰਦੇ ਆ ਇੰਨੀ ਵੱਡੀ ਕੰਪਨੀ ਹੋਵੇ ਦੁਨੀਆ ਭਰ ਦੇ ਵਿੱਚ ਫੈਲੀ ਹੋਈ ਤੇ ਉਹਦੇ ਵੱਲੋਂ ਇਹ ਕੁਝ ਕੀਤਾ ਜਾਵੇ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਆ ਇਹ ਕੋਈ ਇਉਂ ਨਹੀਂ ਵੀ ਅਚਾਨਕ ਹੋ ਗਿਆ ਉਹਦੇ ਵਿੱਚ ਨਵਾਂ ਕੋਈ ਕਰਮਚਾਰੀ ਆਇਆ ਉਹਨੂੰ ਪਤਾ ਹੀ ਨਹੀਂ ਵੀ ਗੁਟਕਾ ਸਾਹਿਬ ਕੀ ਹੁੰਦਾ ਉਹਨੂੰ ਪਤਾ ਹੀ ਨਹੀਂ ਵੀ ਸੈਂਚਗਾ ਕੀ ਹੁੰਦਗਾ ਇਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਕੀਤਾ ਗਿਆ ਲੱਗਦਾ ਉਹਦਾ ਕਾਰਨ ਇਹ ਵੀ ਜਦੋਂ ਵਿਰੋਧ ਹੁੰਦਾ ਉਸ ਤੋਂ ਬਾਅਦ ਕਹਿ ਦਿੰਦੇ ਜੀ ਅਸੀਂ ਮਾਫੀ ਮੰਗਦੇ ਆ ਤੇ ਉਦੋਂ ਤੱਕ ਪ੍ਰਚਾਰ ਇਹਨਾਂ ਦਾ ਚੋਖਾ ਹੋ ਚੁੱਕਾ ਹੁੰਦਾ ਜਿਵੇਂ ਕਿ ਇਹਨਾਂ ਨੇ ਦਰਬਾਰ ਸਾਹਿਬ ਦੀ ਫੋਟੋ ਮੈਟ ਤੋਂ ਲਾਉਣ ਵਾਲਾ ਕੰਮ ਵੀ ਇਉਂ ਹੀ ਕੀਤਾ ਸੀਗਾ ਜਦੋਂ ਰੌਲਾ ਬਹੁਤ ਵੱਧ ਗਿਆ ਕਹਿੰਦੇ ਜੀ ਅਸੀਂ ਤਸਵੀਰ ਲਾ ਲਈ ਆ ਹੁਣ ਨਹੀਂ ਅਸੀਂ ਇਹ ਮੈਟ ਵਿੱਚ ਦੇ ਇਹੋ ਜੀ ਤਸਵੀਰ ਛਾਪ ਕੇ ਪਰ ਉਸ ਤੋਂ ਪਹਿਲਾਂ ਕਿਹਨੇ ਕਿਹਾ ਸੀ ਕੀਦੇ ਇਸ਼ਾਰੇ ਦੇ ਉੱਤੇ ਸਾਰਾ ਕੁਝ ਕੀਤਾ ਕਦੇ ਸ਼੍ਰੋਮਣੀ ਕਮੇਟੀ ਨੇ ਵੀ ਨਹੀਂ ਜਵਾਬਦੇਹੀ ਕੀਤੀ ਤੇ ਇਹਨਾਂ ਇਲਟੀ ਲੋਕਾਂ ਦੇ ਵੱਲੋਂ ਕਿਤੇ ਥੀ ਲੋਕਾਂ ਦੇ ਵੱਲੋਂ ਵੀ ਕਦੇ ਕੋਈ ਤਸੱਲੀ ਜਨਕ ਉੱਤਰ ਨਹੀਂ ਦਿੱਤਾ ਗਿਆ ਖਬਰਾਂ ਨੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ ਪਰ ਜੋ ਵਕਤ ਦੀ ਘਾਟੇ ਰੁਕੜ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਬਹੁਤ ਬਹੁਤ ਮਿਹਰਬਾਨੀ